ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਗਾ ਅੱਜ ਬੁਖਾਰ ਚੜ ਗਿਆ ਢਾਬੇ ਵਾਲੇ ਨੇ ਪਿਆਰਾ ਸਾਊਗਾ ਡਾਕਟਰ ਸਾਹਿਬ ਬੁਲਾਇਆ ਪੂਰੀ ਹੈਲਪ ਕਰਦੇ ਨੇ ਕਾਲੇ ਦਾ ਢਾਬਾ ਆਇਆ ਕਰੋ ਰੁਕਿਆ ਕਰੋ ਵਧੀਆ ਘਰ ਵਾਲਾ ਮਾਹੌਲ ਆ ਖਨੌਰੀ ਤੋਂ ਨਰਮਾਣੇ ਦੇ ਵਿਚਾਲੇ ਆ ਇਹ ਖਨੌਰ ਜਿਵੇਂ ਨਰਮਾਣੇ ਤੋਂ ਆਈਏ ਆਪਾਂ ਖਨੌਰੀ ਨੂੰ ਚੌ ਸਾਈਡ 'ਤੇ ਆ ਪਰੰਤਰਾਮ ਆ ਜਾਏਗਾ ਨਸ ਮਿਲ ਗਣੇ ਸਿਆ ਜੀ ਡਬਲਾ ਸਿੱਧਾ ਕਰੂਗਾ ਨਾ ਅਟੈਕ ਹਾਂ ਦਬ ਕਰ ये ले लीजिए ठीक है अभी ले लेता हूँ फिर हाँ क्या पानी लग गया करके कुछ नहीं कहाँ रखा है दो रास के आए दूध पिया था यार जी काले का ढाबा डॉक्टर इन्होंने बुलाया सी मेरा कल का बहुत बुरा हाल है बुखार नाला मैंने पता नहीं सीगा भी उरे नेड़े डॉक्टर हैगा हजार ढाबे वाले ने दस्या तो वह कहता हैगा उरे तुसीं जदे दस दिंदे भी आ जांदा डॉक्टर चलो चलते हैं हुण अगे आ जी ढाबा और डॉक्टर जा रहे हैं बेचारा बढ़िया साहू 150 रुपया लिया सारा पूरे आके दवाई दे गया नहीं कोई नहीं आता अपने पंजाब तो घर ही नहीं आते बड़े हाई फाई डॉक्टर बने फिरते हैं अपने तो लुट्टण दे जोर आ इन्ने पैसे दे दो ऐ कर दो वो कर दो खड़े से कई बीमार से हूँ तुरया बहुत धोखा हो गया बाकी तुम सबसक्राइब करो चैनल वीडियो तो जरूर देखते हो सबसक्राइब नहीं करते कमेंट करो कोई सुझाव दो नहीं कुछ चंगा लगता आप सुधार करा वीडियो का बाबा जी ला रखिया अगे जाके जो ठीक हो गया फिर चलाऊंगा आप तो फिलहाल तो मेरे तो आप नहीं तुरै जाता गड्डी की चलानी आ थले बोतल डेगी बोतल लगे चकन सिर भार गिर जाना सी मूहरे इन्नी जान घट गई बहुत ज़्यादा वीकनेस आ गई असल तीन दिन हो गए ना चढ़ बुखार चढ़ते हैं कदे डोलो ले ली कदे पैरासीटामोल चढ़ जाता उतर जाता हूँ टीका लग्या नस चलाया नाले हाथ से कहता छेती असर करूँगा वो चल आ जिते लाना ਖਨੌਰੀ ਇੱਥੋਂ ਹਾਂ ਗੱਡੀ ਦਾ ਹਰ ਸਮਾਨ ਮਿਲ ਜਾਂਦਾ ਸੈਕਿੰਡ ਹੈਂਡ ਮਤਲਬ ਉਹਦੇ ਟਰੱਕ ਸਕਰੈਪ ਕੀਤੇ ਜਾਂਦੇ ਨੇ ਆਹ ਦੇਖੋ ਕਿੰਨਾ ਕੁਛ ਪਿਆ ਹਿਮਾਚਲ ਵਾਲੀ ਗੱਡੀ ਜਿਹੜੀ ਆ ਜੋ ਓਲਡ ਮਾਡਲ ਹੋ ਜਾਂਦੀਆਂ ਨੇ ਉਹਦੇ ਵੇਚ ਜਾਂਦੇ ਨੇ ਜਾਂ ਆਪ ਜਾ ਕੇ ਲਏ ਹੁੰਦੇ ਨੇ ਜਿੱਦਾਂ ਆਪਾਂ ਕੋਈ ਵੇਚਣੀ ਹੋਵੇ ਉੱਧਰਲੀ ਸਾਈਡ ਦੀ ਆ ਬਹੁਤ ਬੜੀ ਮਾਰਕੀਟ ਆ ਵਿੱਚ ਮੀਆਂ ਤਾਂ बहुत बड़ी मार्केट है सैकेंड हैंड स्पेयर पार्ट की जिन्ना मर्जी ले लो नवा नवा समान मिल जाता पता नहीं कितों आना इन्हों को इंजन गेयर ब्राउन लो जी मामे खड़ा पंजाब भी अरे लोग नहीं बेचारे देखो जी कितना साऊगा बेचारा रोकता आने देखा यार खाली है कल सीधा बस मगर ना चली
ਉਦੋਂ ਗੱਡੀਆਂ ਵਾਲੇ ਕੋਈ ਵੀ ਕੰਮ ਕਰਵਾ ਕੇ ਚਲੇ ਜਾਂਦੇ ਨੇ, ਕੁਛ ਵੀ ਲੈਣਾ ਹੋਵੇ ਨਵੇਂ ਨਾਲੋਂ ਅੱਧ ਰੇਟ 'ਚ ਚੀਜ਼ ਮਿਲ ਜਾਂਦੀ ਆ, ਹੁੰਦੀ ਨਾ ਵਰਗੀ ਉਹ, ਇਸ ਕਰਕੇ ਲਓ ਜੀ ਮੈਨੂੰ ਦਵਾਈ ਨੇ ਅਸਰ ਤਾਂ ਕਰਤਾ। ਦੇਖੋ ਜੀ ਕਿੰਨੀ ਹੈਟ ਭਰੀ ਆ ਗੱਡੀ 'ਚ, 2, 4, 6, 7 ਬੋਰੀਆਂ ਦੀ ਹੈਟ, 20,000 ਰੁਪਈਆ ਜੁਰਮਾਨਾ ਹੈਟ ਦਾ। ਇੱਕ ਟਨ ਮਾਲ ਓਵਰਲੋਡ ਹੋਵੇ ਤਾਂ ਵੀ 20,000, ਸਮਝ ਲਓ ਇਹਦਾ 40,000 ਸਿੱਧਾ ਹੀ ਬਣਦਾ। ਵੈਲਕਮ ਟੂ ਪੰਜਾਬ। ਅਸਲ 'ਚ ਕਮਜ਼ੋਰੀ ਬਹੁਤ ਜ਼ਿਆਦਾ, ਪਹਿਨਾ ਤਾਂ ਢੋਈ ਲੱਗਦੀ ਆ, ਦਰਦ ਬਹੁਤ ਹੁੰਦਾ, ਪਹਿਨਾ ਤਾਂ ਬੈਠੇ ਸੱਟੇ ਜਾਂਦਾ, ਸਮਝ ਨਾ ਵੀ ਠੀਕ ਆ, ਘਰ ਜਾ ਕੇ ਸੈੱਟ ਹੋਊਗਾ। ਅਸੀਂ ਦੇਖੋ ਸ਼ਾਇਦ ਵਧੀਆ ਦਵਾਈ ਹੋਵੇ, ਡਾਕਟਰ ਤਾਂ ਵਧੀਆ। ਦੇਖੋ ਜੀ ਪੰਜਾਬ ਪੁਲਿਸ ਨਾਲ ਚਲੀ ਤੰਗ ਕਰੇ ਨਾ ਪੈਸੇ ਮੰਗੇ, ਹੁੰਦੇ ਹਰਿਆਣੇ ਵਾਲੇ ਲਟੇਰੇ, ਕੱਢੋ 500 ਬਿਨਾਂ ਕਿਸੇ ਗੱਲ ਤੋਂ। ਥਾਣੇਦਾਰ ਖੜਾ ਵਿਚਾਰਾ, ਗੱਡੀ ਕੰਨੀ ਦੇਖਿਆ ਤੁਹਾਨੂੰ, ਆਮ ਹੋ ਗਿਆ ਪੰਜਾਬ 'ਚ, ਕਿਸੇ ਨੂੰ ਨਹੀਂ ਤੰਗ ਕਰਦੇ। ਉਹਨਾਂ ਦੀਆਂ ਤਨਖਾਹਾਂ ਪੰਜਾਬ ਦੀਆਂ ਬਹੁਤ ਨੇ, ਪੁਲਿਸ ਦੀਆਂ ਨਵੇਂ ਮੁੰਡੇ ਭਰਤੀ ਹੋਏ ਨੇ, ਚਲੀ 50,000 ਤਨਖਾਹਾਂ ਨੇ। ਅਗਲਾ ਸੋਚਦਾ ਸਾਨੂੰ ਤੰਗ ਕਰਨ ਦੀ ਕੀ ਲੋੜ ਆ ਕਿਸੇ ਨੂੰ, ਅਤੇ ਰੱਬ ਨੇ ਨੌਕਰੀ ਦੇ ਦਿੱਤੀ। ਉਹ ਹਰਿਆਣੇ 'ਚ ਤਾਂ ਬੜੇ ਬੜੇ ਢਿੱਡਾਂ ਵਾਲੇ ਅਤੇ ਕਾਰਜੇ ਲੁੱਟਣ ਨੂੰ ਬਸ ਬਹਾਨੇ ਹੀ ਭਾਲਦੇ ਨੇ, ਉਹ ਸਰਕਾਰ ਨੇ ਛੁੱਟਾਂ ਬਹੁਤ ਦਿੱਤੀਆਂ ਨੇ ਉਹਨਾਂ ਨੂੰ। ਚੰਗੀ ਭਲੀ ਤੁਰੀ ਜਾਂਦੀ ਗੱਡੀ ਦੇ ਕਾਗਜ਼ ਕਢਾਓ, ਮਿਲਦੀਆਂ ਚੈੱਕ ਕਰੋ, ਪਰਮਿਟ ਕਰੋ, ਫਿਰ ਸਾਰਾ ਕੁਝ ਚੈੱਕ ਕਰਕੇ ਲਾਇਸੈਂਸ ਵੀ, ਫਿਰ ਪੈਸੇ ਮੰਗੋ, ਸਮਝ ਉਹਦੀ ਪੈਸੇ ਦੇਈ ਗਏ ਕਾਹਦੇ, ਫਿਰ ਕਹਿ ਦਿੰਦਾ ਚਲਾਨ ਕਰ ਦੂੰਗਾ। ਹੁਣ ਔਨਲਾਈਨ ਚਲਾਨ ਵੀ ਇਹਨਾਂ ਨੇ ਉਹੀ ਕਰ ਦੇਣਾ ਹੁੰਦਾ, ਗੱਡੀ ਛੱਡਤੀ ਉੱਥੋਂ ਲੜ ਲੁੜ ਕੇ, ਅਤੇ ਆਪਾਂ ਬਹਿਸ ਕਰਾਂਗੇ ਅਤੇ ਨੰਬਰ ਨੋਟ ਕਰ ਲਿਆ, ਬਾਅਦ 'ਚ ਚਲਾਨ ਕਰ ਦੇਣਾ ਆਪਾਂ, ਦੱਸੋ ਕੀ ਕਰਾਂਗੇ ਇਹਨਾਂ ਦਾ। ਇਸ ਕਰਕੇ ਡਰਦੇ ਜੋ ਮੰਗਦੇ ਨੇ ਦੇਣਾ ਹੀ ਪੈਂਦਾ, ਬਹਿਸ ਕਰੀ ਨਹੀਂ ਹੁੰਦੀ ਤਾਂ ਮਹਿੰਗੀ ਪੈ ਜਾਂਦੀ ਆ। ਹੁਣ ਅੱਗੇ ਆਊਗਾ ਪਾਤਲਾ, ਫਿਰ ਆਊ ਸਮਾਣਾ, ਪਟਿਆਲਾ,